ਹਾਂ, ਬਸ ਫਰਕ ਸਿਰਫ ਇਹੀ ਹੈ ਕਿ ਉਹ 47 ਤੋਂ ਪਹਿਲਾਂ ਦੀ ਗੱਲ ਹੈ ਤੇ ਇਹ 47 ਤੋਂ ਬਾਅਦ ਦੀ ਗੱਲ ਹੈ। ਲੋਕ ਉਸ ਪਿੰਡ ਦੇ ਵਿੱਚ ਬੜੇ ਚਾਵਾਂ ਮਲਾਰਾਂ ਨਾਲ ਆਉਂਦੇ ਸੀ ਤੇ ਅੱਜ ਇਸ ਪਿੰਡ ਦੇ ਵਿੱਚ ਵੀ ਲੋਕ ਚਾਵਾਂ ਮਲਾਰਾਂ ਨਾਲ ਆਉਂਦੇ। ਉੱਥੇ ਇੰਨਾ ਫਰਕ ਸੀ, ਉੱਥੇ ਚੜ੍ਹਦੇ ਵਾਲੇ ਪਾਸੇ ਸੀ, ਇੱਥੇ ਲਹਿੰਦੇ ਵਾਲੇ ਪਾਸੇ ਹੈ। ਪਾਕਿਸਤਾਨ 'ਚ ਇੱਕ ਪਿੰਡ ਹੈ ਚੱਕ ਨੰਬਰ 16 ਔਰ ਇੰਡੀਆ 'ਚ ਇੱਕ ਪਿੰਡ ਹੈ ਚੱਕ ਪੱਖੀ। ਦੋਨੋਂ ਦਾ ਮੇਲ ਮਿਲਾਪ ਕੀ ਹੈ? ਤਕਰੀਬਨ ਸੇਮ ਹੀ ਲੱਗਦਾ। ਔਰ ਜਿਹੜੇ ਲੋਕ ਉੱਥੋਂ ਇੰਡੀਆ 'ਚ ਆ ਕੇ ਆਬਾਦ ਹੋਏ ਨੇ ਵੰਡ ਤੋਂ ਬਾਅਦ, ਉਹਨਾਂ ਕੋਲ ਜਾਣਕਾਰੀ ਲੈਂਦੇ ਆ ਇਸ ਪਿੰਡ ਦੇ ਬਾਰੇ ਵਿੱਚ ਅਤੇ ਪੁਰਾਣੇ ਪਿੰਡ ਉਹਦੇ ਬਾਰੇ ਵਿੱਚ ਮਿਲਦੇ ਹਾਂ। ਸਾਡੇ ਨਾਲ ਨੇ ਸਰਦਾਰ ਅੰਗਰੇਜ਼ ਸਿੰਘ ਜੀ। ਪਹਿਲੇ ਇਹ ਦੱਸੋ ਕਿ ਤੁਹਾਡਾ ਬੈਕ ਬਜ਼ੁਰਗਾਂ ਦਾ ਪਿੰਡ ਕਿਹੜਾ ਸੀਗਾ ਜਿਹੜਾ ਇਸ ਵਕਤ ਪਾਕਿਸਤਾਨ 'ਚ ਹੈਗਾ? ਸਾਡੇ ਬਜ਼ੁਰਗਾਂ ਦਾ ਪਿੰਡ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਚੱਕ ਨੰਬਰ 16 ਉਰਫ ਨਾਗਿਆਂ ਵਾਲੀ 16 SP ਕਿਹਾ ਜਾਂਦਾ, ਪਾਕਪਟਨ ਦੇ ਕੋਲ। ਅਤੇ ਇੱਥੇ ਜਿੱਥੇ ਤੁਸੀਂ ਮੌਜੂਦ ਹੋ, ਹਾਂਜੀ, ਇਹ ਕਿਹੜਾ ਪਿੰਡ ਹੈ? ਇਹ ਪਿੰਡ ਹੈ ਚੱਕ ਪੱਖੀ ਜੀ। ਇਹ ਚੱਕ ਪੱਖੀ, ਉਹ ਚੱਕ ਨੰਬਰ 16? ਹਾਂਜੀ, ਚੱਕ ਤਾਂ ਮਿਲ ਗਿਆ। ਹਾਂਜੀ, ਕੋਈ ਸਾਨੂੰ ਚੀਜ਼ ਦੱਸੋ ਵੀ ਜਿੱਦਾਂ ਨਹਿਰ ਹੈਗੀ ਹੈ ਜਾਂ ਕੋਈ ਹੋਰ ਚੀਜ਼ ਹੈਗੀ ਆ, ਉੱਥੇ ਵੀ ਇੱਦਾਂ ਦੀ ਹੈ, ਇੱਥੇ ਵੀ ਇੱਦਾਂ ਦੀ ਹੈ, ਉਹ ਕਿਵੇਂ ਹੈਗੀ ਹੈ, ਕੋਈ ਗੱਲ ਹੈਗੀ ਪਤਾ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਦੇ ਹਾਂ ਜੀ, ਚੱਕ ਨੰਬਰ 16 SP ਜਿਹੜਾ ਉਰਫ ਨਾਗਿਆਂ ਵਾਲੀ ਚੱਕ ਜਿਹੜਾ ਪਾਕਪਟਨ ਦੇ ਕੋਲ ਹੈ ਇਸ ਟਾਈਮ, ਉਹਦਾ ਨਾਂ ਕਿਉਂ ਪਿਆ ਨਾਗਿਆਂ ਵਾਲੀ? ਕਰੀਬ 1840-42 ਦੀ ਗੱਲ ਹੈ। ਹਾਂਜੀ, ਕਿ ਇੱਕ ਅੰਗਰੇਜ਼ ਅਫਸਰ ਮੁਰੱਬੇ ਅਲਾਟ ਕਰਦੇ ਹੁੰਦੇ ਸੀ ਜੀ ਉਦੋਂ, ਅਤੇ ਉਹ ਆਪਣੇ ਲਾਮ ਲਸ਼ਕਰ ਦੇ ਨਾਲ ਨਾ ਕਿਤੇ ਇਹ ਨੀਲੀ ਬਾਰ ਵੱਜਦੀ ਸੀ ਜੀ, ਜਿੱਥੇ ਅੱਜ ਕੱਲ੍ਹ ਪਾਕ ਕੀ ਚੱਕ ਨੰਬਰ 16 ਹੈ ਜੀ। ਅੱਛਾ, ਇੱਧਰ ਨੂੰ ਪਿੰਡਾਂ ਦੇ ਵਿੱਚ ਦੀ ਹੋਇਆ, ਗਰਮੀ ਬਹੁਤ ਸੀ, ਗਰਮੀ ਹੋਣ ਨਾਤੇ ਉਹਨੂੰ ਪਿਆਸ ਵੀ ਬਹੁਤ ਲੱਗੀ ਸੀ ਅਤੇ ਭੁੱਖ ਵੀ ਬਹੁਤ ਲੱਗੀ ਸੀ। ਉਹ ਕੋਈ ਆਸਰਾ ਪਾਲਦਾ, ਉਹਨੂੰ ਇੱਕ ਪਿੱਪਲ ਅਤੇ ਬੋਹੜਾਂ ਦਾ ਝੁੰਡ ਨਜ਼ਰ ਦੂਰ ਆਇਆ, ਕਹਿੰਦਾ ਵੀ ਚੋ ਦੋ ਚਾਰ ਝੌਂਪੜੀਆਂ, ਆਪਾਂ ਉੱਥੇ ਚੱਲ ਕੇ 10 ਮਿੰਟ ਆਰਾਮ ਵੀ ਕਰਾਂਗੇ ਅਤੇ ਪਾਣੀ ਵੀ ਪੀਵਾਂਗੇ। ਉਹ ਕਰਦਿਆਂ ਕਰਦਿਆਂ ਜੀ ਉੱਥੇ ਜਿੱਥੇ ਬੋਹੜਾਂ ਅਤੇ ਪਿੱਪਲਾਂ ਦਾ ਝੁੰਡ ਸੀ ਉੱਥੇ ਪਹੁੰਚਿਆ ਅਤੇ ਉੱਥੇ ਨਾਗੇ ਸਾਧੂਆਂ ਦਾ ਡੇਰਾ ਹੁੰਦਾ ਸੀ ਜੀ। ਅੱਛਾ, ਉੱਥੇ ਨਾਗੇ ਸਾਧੂਆਂ ਦਾ ਡੇਰਾ ਹੁੰਦਾ ਸੀ, ਆਮ ਉੱਥੇ ਲੰਗਰ ਚੱਲਦਾ ਹੀ ਹੁੰਦਾ ਸੀ। ਅਤੇ ਉੱਥੇ ਆ ਕੇ ਉਹਨੇ ਆ ਕੇ ਉੱਥੋਂ ਦਾ ਮਾਹੌਲ ਵੇਖਿਆ, ਲੰਗਰ ਛਕਿਆ, ਪਾਣੀ ਕੁਛ ਸਮਾਂ ਆਰਾਮ ਕੀਤਾ ਅਤੇ ਖੁਸ਼ ਹੋ ਗਿਆ। ਅਤੇ ਉਹਨਾਂ ਨੇ ਮਹਾਂਪੁਰਸ਼ਾਂ ਨਾਲ ਉੱਥੇ ਜਿਹੜੇ ਭਗਵਾਨ ਦਾਸ ਜੀ, ਭਜਨ ਦਾਸ ਜੀ, ਹੀਰਾ ਦਾਸ ਜੀ, 5 ਨਾਗੇ ਸਾਧੂ ਰਹਿੰਦੇ ਹੁੰਦੇ ਸੀ ਜੀ। ਮੈਂ ਤਾਂ ਜਿਹੜੇ ਅੱਜ ਉਸ ਪਿੰਡ ਚੱਕ ਨੰਬਰ 16 ਵਿੱਚ ਅੱਜ ਵਸਨੀਕ ਨੇ, ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਉਹ ਜਿਹੜੀ ਧਰਤੀ ਹੈ, ਬਹੁਤ ਰਿਸ਼ੀਆਂ ਮਹਾਂਪੁਰਸ਼ਾਂ ਦੇ ਉੱਥੇ ਚਰਨ ਪਏ, ਲੰਗਰ ਪਾਣੀ ਉੱਥੇ ਚੱਲਦੇ ਸੀ, ਬਹੁਤ ਚੰਗੀ ਧਰਤੀ ਹੈ, ਜਿਹੜੇ ਉੱਥੇ ਖੁਸ਼ ਨਸੀਬ ਨੇ ਜਿਹੜੇ ਚੱਕ ਨੰਬਰ 16 ਦੇ ਵਿੱਚ ਇਸ ਟਾਈਮ ਰਹਿ ਰਹੇ ਹੈ, ਅਤੇ ਅਸੀਂ ਵੀ ਬੜੇ ਖੁਸ਼ ਨਸੀਬ ਹਾਂ ਜਿਹੜੇ ਅਸੀਂ ਇਸ ਚੱਕ ਪੱਖੀ ਦੇ ਵਿੱਚ ਵਸਨੀਕ ਹਾਂ।
ਕਿਉਂਕਿ ਸਾਡਾ ਮੁੱਢ ਵੀ ਲੰਗਰ ਤੋਂ ਸ਼ੁਰੂ ਹੋਇਆ ਸੀ ਅਤੇ ਜਿੱਥੇ ਅੱਜ ਅਸੀਂ ਬਰਾਜੇ ਹਾਂ ਇੱਥੇ ਵੀ ਲੰਗਰ ਹੀ ਹੈ। ਇੱਥੇ ਵੀ ਲੰਗਰ, ਉਹ ਕਿਵੇਂ? ਉਹ ਤੁਹਾਨੂੰ ਦੱਸਦੇ ਹਾਂ ਜੀ, ਸਾਡੇ ਬਾਬਾ ਰੇਸ਼ਮ ਸਿੰਘ ਜੀ ਦਾ ਡੇਰਾ ਹੈ। ਹਾਂਜੀ। ਜਿੱਥੇ ਹਰੇਕ ਮੱਸਿਆਂ 'ਤੇ ਬਹੁਤ ਭਾਰੀ ਇਕੱਠ ਹੁੰਦਾ। ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਤਾਂ ਚੱਲਦੀ ਹੀ ਰਹਿੰਦੀ ਹੈ ਅਤੇ ਇੱਥੇ ਲੰਗਰ ਜਿਹੜਾ ਨਾ ਉਹਨਾਂ ਦਾ 12 ਮਹੀਨੇ 30 ਦਿਨ ਚੱਲਦਾ ਹੀ ਰਹਿੰਦਾ, ਰਾਹੀ ਪਾਉਂਦੀ ਜੋ ਵੀ ਸੰਗਤ ਆਉਂਦੀ ਹੈ। ਸਭ ਤੋਂ ਵੱਡੀ ਸਾਨੂੰ ਇਹ ਖੁਸ਼ੀ ਹੈ ਵੀ ਇੱਥੇ ਵੀ ਲੰਗਰ ਚੱਲਦੇ ਹੈ ਅਤੇ ਉਸ ਪਿੰਡ ਦਾ ਵੀ ਜਿੱਥੇ ਉੱਥੇ ਵੀ ਲੰਗਰ ਚੱਲਿਆ ਕਰਦੇ। ਹਾਂ, ਬਸ ਫਰਕ ਸਿਰਫ ਇਹੀ ਹੈ ਕਿ ਉਹ 47 ਤੋਂ ਪਹਿਲਾਂ ਦੀ ਗੱਲ ਹੈ ਅਤੇ ਇਹ 47 ਤੋਂ ਬਾਅਦ ਦੀ ਗੱਲ ਹੈ ਨਾ। ਹਾਂਜੀ, ਲੰਗਰ ਉੱਥੇ ਹੀ ਚੱਲਦਾ। ਹਾਂਜੀ, ਹੋ ਸਕਦਾ ਉੱਥੇ ਵੀ ਲੰਗਰ ਅੱਜ ਵੀ ਚੱਲਦਾ ਹੋਵੇ। ਉੱਥੇ ਨਾ ਜੀ ਮੈਂ ਇੱਕ ਗੱਲ ਕਰਨਾ, ਉੱਥੇ ਕਰੀਬ ਉਹ ਸਾਧੂਆਂ ਦਾ ਜਿਹੜਾ ਸੀ ਨਾ ਜੀ, ਉਹ 5 ਹਾਰ ਨੂੰ ਜਾਂ 15 ਹਾਰ ਨੂੰ, ਪੱਕਾ ਯਾਦ ਨਹੀਂ ਮੈਨੂੰ, ਬਜ਼ੁਰਗਾਂ ਨੇ ਜੋ ਦੱਸਿਆ ਕਿ ਉੱਥੇ ਮੇਲਾ ਲੱਗਿਆ ਕਰਦਾ ਸੀ। ਅੱਛਾ। ਜਿੱਥੋਂ ਬਹੁਤ ਦੂਰੋਂ ਦੂਰੋਂ ਚੱਲ ਕੇ ਲੋਕ ਆਇਆ ਕਰਦੇ ਸੀ ਅਤੇ ਉੱਥੇ ਲੰਗਰ ਪਾਣੀ ਢੋਲ ਕਬੱਡੀ ਢੋਲ ਵਗੈਰਾ ਹੋਇਆ ਕਰਦੇ ਸੀ, ਰੱਸਾ ਕਸ਼ੀ ਦੇ ਮੁਕਾਬਲੇ ਵੀ ਹੋਇਆ ਕਰਦੇ ਸੀ। ਪਰ ਅੱਜ ਅਸੀਂ ਜਿਸ ਧਰਤੀ 'ਤੇ, ਇਸ ਧਰਤੀ 'ਤੇ ਹਾਂ, ਸਾਡੇ ਵੀ ਬਾਬਾ ਲੱਖੇ ਸ਼ਾਹ ਜੀ ਦਾ 15-16 ਮਾਘ 27-28 ਜਨਵਰੀ ਦਾ ਕਰੀਬ ਬਣਦਾ, 28-29 ਜਨਵਰੀ ਬਣ ਜਾਂਦੀ ਹੈ, ਇੱਥੇ ਵੀ 15-16 ਮਾਘ ਨੂੰ ਮੇਲਾ ਲੱਗਦਾ, 2 ਦਿਨ ਦਾ ਬਹੁਤ ਭਾਰੀ ਇਕੱਠ ਹੁੰਦਾ। ਹਾਂ, ਇੱਥੇ ਵੀ ਮੈਚ ਹੁੰਦੇ ਨੇ ਉਹ ਗੋਲਾਂ ਕਬੱਡੀ ਵਗੈਰਾ ਹੈ ਨਾ, ਅਤੇ ਉਸ ਰਹੁ ਰੀਤ ਨੂੰ ਇੱਥੇ ਵੀ ਕਬੱਡੀ, ਕੁਸ਼ਤੀਆਂ, ਰੱਸਾਕਸ਼ੀ, ਵਾਲੀਬਾਲ ਖੇਡਾਂ ਦੇ ਮੁਕਾਬਲੇ ਕਰਾਏ ਜਾਂਦੇ ਹੈ। ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਉਸ ਪੁਰਾਣੇ ਪਿੰਡ ਦੇ ਵਿੱਚ ਵੀ ਚੱਕ ਨੰਬਰ 16 SP ਜੋ ਪਾਕਪਟਨ ਦੇ ਕੋਲ ਹੈ, ਉੱਥੇ ਵੀ ਮੇਲਾ ਲੱਗਿਆ ਕਰਦਾ ਸੀ ਅਤੇ ਲੋਕ ਉਸ ਪਿੰਡ ਦੇ ਵਿੱਚ ਬੜੇ ਚਾਵਾਂ ਮਲਾਰਾਂ ਨਾਲ ਆਉਂਦੇ ਸੀ ਅਤੇ ਅੱਜ ਇਸ ਪਿੰਡ ਦੇ ਵਿੱਚ ਵੀ ਲੋਕ ਚਾਵਾਂ ਮਲਾਰਾਂ ਨਾਲ ਆਉਂਦੇ ਅਤੇ ਭਾਰੀ ਇਕੱਠ ਹੁੰਦਾ। ਹਾਂ, ਬਿਲਕੁਲ ਸੇਮ ਚੀਜ਼ ਹੈ ਉੱਥੇ ਵੀ ਅਤੇ ਇੱਥੇ ਵੀ, ਹੈ ਨਾ। ਹਾਂਜੀ, ਹੋਰ ਕੀ ਚੀਜ਼ ਹੈਗੀ ਹੈ ਸਾਂਝੀ ਜਿਹੜੀ ਉੱਥੇ ਵੀ ਹੁੰਦੀ ਹੈ ਅਤੇ ਇੱਥੇ ਵੀ ਹੁੰਦੀ ਹੈ? ਸਾਡੇ ਬਜ਼ੁਰਗ ਜਿਵੇਂ ਦੱਸਦੇ ਸੀ, ਅਸੀਂ ਤਾਂ ਉਸ ਧਰਤੀ ਨੂੰ ਸਿਜਦਾ ਸਲਾਮ ਵੀ ਨਹੀਂ ਕਰ ਸਕੇ ਕਿਉਂਕਿ ਧਰਤੀ ਦਾ ਇੱਕ ਹੀ ਹੈ, ਉਸ ਮਿੱਟੀ ਨੂੰ ਜੀ। ਕਰੀਬ ਉੱਥੇ ਮਿੱਠਾ ਪਾਣੀ ਸੀ ਜੀ, ਭਾਈਚਾਰਕ ਸਾਂਝ ਸੀ, ਨਹਿਰ ਕੋਲੋਂ ਟੱਪਦੀ ਸੀ, ਇੱਥੇ ਵੀ ਟੱਪਦੀ ਹੈ ਨਹਿਰ, ਇੱਥੇ ਵੀ, ਉੱਥੇ ਇੰਨਾ ਫਰਕ ਸੀ, ਉੱਥੇ ਚੜ੍ਹਦੇ ਵਾਲੇ ਪਾਸੇ ਸੀ, ਇੱਥੇ ਲਹਿੰਦੇ ਵਾਲੇ ਪਾਸੇ ਹੈ, ਫਰਕ ਕੋਈ ਨਹੀਂ। ਚੀਜ਼ ਉਹ ਓਡੀ ਵੱਡੀ ਇਹ ਨਹਿਰ ਹੈ ਅਤੇ ਓਡੀ ਉਹ ਨਹਿਰ ਸੀ ਜੀ। ਇਸ ਨਹਿਰ ਦਾ ਪਾਣੀ ਜਿਹੜਾ ਇਸ ਏਰੀਏ ਨੂੰ ਸਿੰਚਾਈ ਕਰਦਾ, ਬਹੁਤ ਵਧੀਆ ਸਾਡੇ ਜ਼ਮੀਨਾਂ ਨੇ ਫਸਲ ਵਾੜੀਆਂ ਹੁੰਦੀਆਂ, ਜੋ ਚੀਜ਼ ਮਰਜ਼ੀ ਬੀਜ ਲੈਣ, ਭੁੱਜੇ ਛੋਲੇ ਵੀ ਸੁੱਟਦੇ ਨੇ, ਉਹ ਵੀ ਉੱਗ ਪੈਂਦੇ। ਹਾਂਜੀ, ਅਤੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ 5-5 ਕਿਲੋ ਦੇ ਗੋਂਗਲੂ, ਜਿਹਨੂੰ ਸ਼ਲਗਮ ਕਿਹਾ ਜਾਂਦਾ, 5-5 ਕਿਲੋ ਦੇ ਉੱਥੇ ਸ਼ਲਗਮ ਹੁੰਦੇ ਸੀ ਉਸ ਧਰਤੀ ਦੇ ਵਿੱਚ। ਅੱਛਾ, ਨਹਿਰੀ ਪਾਣੀ ਲੱਗਦਾ ਸੀ ਨਾ? ਹਾਂਜੀ ਹਾਂਜੀ। ਇੱਕ ਤੁਹਾਨੂੰ ਹੋਰ ਦੱਸੀਏ, ਜਿਹੜਾ ਜਦੋਂ ਸਾਡਾ ਉਹ ਪਿੰਡ ਬੱਝਿਆ ਨਾ ਜੀ, ਹਾਂਜੀ, ਅਤੇ ਭਗਵਾਨ ਦਾਸ ਜਿਹੜਾ ਉਸ ਨਾਗੇ ਸਾਧੂਆਂ ਦੇ ਵਿੱਚ ਉਹਨਾਂ ਨੇ ਇੱਕ ਆਗੂ ਬਣਾਇਆ, ਉਹ ਉਹਦੀ ਨਾ ਜੀ ਉਸ ਸਮੇਂ ਲਾਹੌਰ ਦਿੱਲੀ ਤੱਕ ਪਹੁੰਚ ਸੀ। ਅੱਛਾ, ਭਗਵਾਨ ਦਾਸ ਦੀ ਉਹਨਾਂ ਦੇ ਲੜਕੇ ਅੱਗੇ ਪਿਰਥੀ ਸਿੰਘ ਜਿਹੜਾ
ਜੈਲਦਾਰ ਬਣਿਆ ਸੀ ਜੀ। ਹਾਂਜੀ, ਉਹਨਾਂ ਨੇ ਫਿਰ ਹੋਰ ਉਸ ਨੂੰ ਪ੍ਰਫੁੱਲਤ ਕੀਤਾ। ਅੱਜ ਸਾਡਾ ਫਿਰ ਵੀ ਅਸੀਂ ਇਸ ਪਿੰਡ ਦੇ ਬਹੁਤ ਵਡਭਾਗੇ ਹਾਂ ਕਿ ਸਾਡੇ ਬਾਬਾ ਰੇਸ਼ਮ ਸਿੰਘ ਜੀ ਦਾ ਡੇਰਾ ਹੈ, ਜਿੱਥੇ ਲੋਕ ਇਹਨਾਂ ਦਾ ਵੀ ਬਹੁਤ ਹਾਈ ਫਾਈ ਪਹੁੰਚ ਹੈ ਅਤੇ ਲੋਕਾਂ ਦੀ ਸੇਵਾ ਭਾਵਨਾ ਦੇ ਵਿੱਚ ਹੀ ਹੈ ਜੀ। ਕਿਸੇ ਨਾਲ ਕੋਈ ਵੈਰ ਨਹੀਂ ਇਹਨਾਂ ਦਾ, ਕਿਸੇ ਨਾਲ ਵਿਰੋਧ ਨਹੀਂ, ਹਰੇਕ ਨੂੰ ਪਿਆਰ ਮੁਹੱਬਤ ਨਾਲ ਲੰਗਰ ਪਾਣੀ ਜੋ ਵੀ ਕਿਸੇ ਨੂੰ ਤਮੰਨਾ ਇਹ ਹਰੇਕ ਚੀਜ਼ ਇੱਥੇ ਇਹ ਉਪਲਬਧ ਕਰਵਾਉਂਦੀ ਹੈ। ਹਾਂ, ਉਹ ਵੀ ਜੀ ਉੱਥੇ ਵੀ ਪਹੁੰਚ ਸੀਗੀ ਅਤੇ ਇੱਥੇ ਵੀ ਬਾਬਾ ਜੀ ਦੀ ਪਹੁੰਚ ਹੈ। ਅਸੀਂ ਇਸ ਪਿੰਡ ਨੂੰ ਬਹੁਤ ਵਡਭਾਗੇ ਗਿਣਦੇ ਹਾਂ ਕਿਉਂਕਿ ਚੱਕ ਨੰਬਰ 16 ਦੇ ਵਿੱਚ ਵੀ ਸਾਡਾ ਖੂਬੂ ਸੀ ਅਤੇ ਅੱਜ ਹੀ ਇੱਥੇ ਵੀ ਹੈ। ਨਹਿਰ ਉੱਥੇ ਵੀ ਸੀ, ਨਹਿਰ ਇੱਥੇ ਵੀ ਹੈ। ਲੋਕਾਂ ਵਿੱਚ ਪਿਆਰ ਮੁਹੱਬਤ ਉੱਥੇ ਵੀ ਸੀ ਅਤੇ ਇੱਥੇ ਵੀ ਹੈ। ਨੰਬਰ ਦੂਜਾ, ਸਾਡੇ ਜਿਹੜੇ ਬਜ਼ੁਰਗ ਸੀ ਨਾ, ਜਦੋਂ ਬਾਬਾ ਫਰੀਦ ਜੀ ਦੇ ਉੱਥੇ ਸਲਾਨਾ ਮੇਲਾ ਲੱਗਦਾ ਸੀ, ਉਰਸ ਕੱਲ ਸੀ, ਅਤੇ ਉੱਥੇ ਬੜੇ ਧੂਮਧਾਮ ਨਾਲ ਜੇਲਦਾਰਾਂ ਦਾ ਉੱਥੇ ਨੇੜੇ ਉੱਥੇ ਘਰ ਵੀ ਸੀ ਜੀ। ਅੱਛਾ, ਜਿਹੜਾ ਹਾਂਜੀ, ਅਤੇ ਇਹਨਾਂ ਨੇ ਫਿਰ ਉੱਥੋਂ ਲਿਜਾ ਕੇ ਉੱਥੇ ਆਪ ਅਰੇਂਜਮੈਂਟ ਕਰਵਾਉਂਦੇ ਹੁੰਦੇ ਸੀ ਉਸ ਮੇਲੇ ਦੇ ਵਿੱਚ। ਮਤਲਬ ਬਹੁਤ ਭਾਰੀ ਇਕੱਠ ਹੋਇਆ ਕਰਦਾ ਸੀ ਅਤੇ ਖਾਸ ਕਰਕੇ ਚੱਕ ਨੰਬਰ 16 ਦੇ ਵਿੱਚ ਦੇ ਲੋਕ ਜਿਹੜੇ ਉੱਥੇ ਜਾ ਕੇ ਬਹੁਤ ਸੇਵਾ ਕਰਦੇ ਸੀ। ਅਤੇ ਅੱਜ ਅਸੀਂ ਇਸ ਗੱਲ 'ਤੇ ਵੀ ਖੁਸ਼ ਹਾਂ ਕਿ ਸਾਡੇ ਬਾਬਾ ਰੇਸ਼ਮ ਸਿੰਘ ਜੀ ਦਾ ਡੇਰਾ ਇਹਨਾਂ ਦਾ ਆਪਣਾ ਪਦਮਪੁਰ ਦੇ ਕੋਲ ਡੇਰਾ ਜੀ, ਲੁਧਿਆਣੇ ਬੱਦੋਵਾਲ ਹੈ, ਦਿੱਲੀ ਹੈ ਜੀ, ਇਹ ਲੋਕਾਂ ਨੂੰ ਨਰੇਲੇ ਆ ਦਿੱਲੀ ਜੀ। ਉੱਥੇ ਲੋਕਾਂ ਨੂੰ, ਸਾਡੇ ਪਿੰਡ ਦੇ ਨੌਜਵਾਨਾਂ ਨੂੰ ਉੱਥੇ ਲਿਜਾ ਕੇ ਸੇਵਾ ਭਾਵਨਾ ਹੀ ਉੱਥੇ ਜਿਹੜਾ ਉੱਥੇ ਕਰਵਾਉਂਦੇ ਸੀ ਉਹ ਇਹ ਕਰਵਾਉਂਦੇ ਆ ਜੀ। ਸੇਮ ਹੀ ਹੈ ਜੀ। ਲੋਕਾਂ ਨੂੰ ਨਸ਼ਿਆਂ ਤੋਂ ਬਚਾਉਂਦੇ ਹੈ, ਚੰਗੇ ਕੰਮਾਂ ਵਾਲੇ ਪਾਸੇ ਲਾਉਂਦੇ ਹੈ, ਅਤੇ ਬਹੁਤ ਵਧੀਆ ਉੱਥੇ ਵੀ ਸੀ ਅਤੇ ਅੱਜ ਇੱਥੇ ਵੀ ਹੈ। ਅਤੇ ਅਸੀਂ ਤਾਂ ਬਹੁਤ ਵਡਭਾਗੇ ਹਾਂ ਵੀ ਜਿਹੜੇ ਸਾਡੇ ਚੱਕ ਨੰਬਰ 16 ਨੂੰ ਅਸੀਂ ਤਾਂ ਅੱਜ ਵੀ ਸਿਜਦਾ ਸਲਾਮ ਕਰਦੇ ਹਾਂ ਵੀ ਜਿਹੜੇ ਸਾਡੇ ਉਸ ਚੀਜ਼ ਨੂੰ ਅੱਜ ਇੱਥੇ ਹੀ ਸਾਨੂੰ ਮਿਲ ਰਹੀ ਹੈ। ਸੇਮ ਉਹੀ ਚੀਜ਼ ਮਿਲ ਰਹੀ ਹੈ, ਸਿਰਫ ਦਰਦ ਹੈਗਾ ਤਾਂ ਵੰਡ ਦਾ ਹੈਗਾ। ਹਾਂਜੀ, ਵੰਡ ਹੋਣ ਦੇ ਕਾਰਨ, ਵੰਡ ਦਾ ਦਰਦ ਤਾਂ ਬਹੁਤ ਹੈ ਵੀ ਸਾਡੇ ਜਿਹੜੇ ਬਜ਼ੁਰਗ ਸੀ ਉੱਧਰ ਉਹਨਾਂ ਕੋਲ ਜ਼ਮੀਨਾਂ ਬਹੁਤ ਖੁੱਲੀਆਂ ਸੀ, ਇੱਥੇ ਫਿਰ ਕੱਟ ਕਟਾ ਕੇ ਬਹੁਤ ਘੱਟ ਮਿਲੀਆਂ। ਚਲੋ ਉਹ ਤਾਂ ਜੋ ਸੀ ਉਹ ਤਾਂ ਸਾਰਿਆਂ ਨਾਲ ਹੋਇਆ ਜੀ, ਪਰ ਦੁੱਖ ਬਹੁਤ ਹੋਇਆ ਜੀ ਵੰਡ ਦਾ। ਖਾਸ ਕਰਕੇ ਮੇਨ ਤਾਂ ਹੈ ਨਾ ਭਾਈਚਾਰਾ ਜਿਹੜਾ ਉਹ ਸੱਥ ਦੂਰ ਹੋ ਗਿਆ ਉੱਥੋਂ ਵਾਲਾ ਭਾਈਚਾਰਾ ਅਤੇ ਇੱਥੋਂ ਵਾਲਾ। ਸਭ ਤੋਂ ਵੱਡਾ ਇਹ ਹੈ ਜੀ, ਸਾਡੇ ਇੱਕ ਬਜ਼ੁਰਗ ਸੀ ਗੁੱਦੜ ਸਿੰਘ, ਹਾਂਜੀ, ਜਿਨ੍ਹਾਂ ਦਾ ਸ਼ਾਇਦ ਫਲਵਾਰੀ ਅੱਜ ਵੀ ਉੱਥੇ ਕੋਈ ਜਿਉਂਦੀ ਜਾਗਦੇ ਕੋਈ ਬਜ਼ੁਰਗ ਤਾਂ ਤੁਰ ਗਏ ਹੋਣਗੇ, ਗੁੱਦੜ ਸਿੰਘ ਆਪ ਤਾਂ ਸ਼ਾਇਦ ਉਹਨਾਂ ਦਾ ਬਾਲ ਫਲਵਾ ਉਹ ਉੱਥੇ ਰਹਿ ਗਏ ਸੀ ਜੀ। ਉਹ ਤੁਹਾਡੇ ਪਰਿਵਾਰ ਦੇ ਵਿੱਚੋਂ ਸੀ? ਵਿੱਚੋਂ ਸੀ ਹਾਂਜੀ, ਮੇਰੇ ਗ੍ਰੈਂਡ ਫਾਦਰ ਸਾਹਿਬ ਦੇ ਉਹ ਬ੍ਰਦਰ ਸੀ ਜੀ, ਅਤੇ ਉਹ ਉੱਥੇ ਰਹਿ ਗਏ ਸੀ। ਅਤੇ ਅੱਜ ਵੀ ਸ਼ਾਇਦ ਉਹਨਾਂ ਦਾ ਕੋਈ ਫਲਵਾਰੀ ਉੱਥੇ ਹੋਏਗੀ ਕਿਉਂਕਿ ਅਸੀਂ ਰਾਜਪੂਤ ਜਾਤੀ ਨਾਲ ਸੰਬੰਧਿਤ ਹਾਂ ਜੀ। ਹਾਂਜੀ, ਅਤੇ ਸ਼ਾਇਦ ਸਾਡੇ ਉੱਧਰ ਰਾਜਪੂਤ ਕੋਈ ਉਹ ਜਿਹੜੇ ਸਾਡੇ ਉਹ ਪਰਿਵਾਰ ਦੇ ਵਿੱਚੋਂ ਜੇ ਕਿਤੇ ਇਸ ਵੀਡੀਓ ਨੂੰ ਵੇਖ ਕੇ ਅਤੇ ਸਾਡੇ ਨਾਲ ਰਾਬਤਾ ਚੈਨਲ ਰਾਹੀਂ ਕਰਨ ਤਾਂ ਬੜੀ ਖੁਸ਼ੀ ਦੀ ਗੱਲ ਹੈ। ਮੇਰੀ ਵੀ ਅਪੀਲ ਹੈ ਉਹਨਾਂ ਲੋਕਾਂ ਨੂੰ ਕਿ ਅਗਰ ਸਰਦਾਰ ਗੁੱਦੜ ਸਿੰਘ ਜੀ ਉਹਨਾਂ ਦੀ ਕੋਈ ਫੈਮਿਲੀ ਦਾ ਮੈਂਬਰ ਉੱਥੇ ਰਹਿੰਦਾ ਤਾਂ ਉਹ ਵੀਡੀਓ ਰਾਹੀਂ
ਸਾਡੇ ਨਾਲ ਗੱਲਬਾਤ ਕਰਾਉਣ ਜਾਂ ਮੈਸੇਜ ਪਾਉਣ, ਆਪਣਾ ਮੋਬਾਈਲ ਨੰਬਰ ਦੇਣ। ਅਤੇ ਬਾਕੀ ਉੱਥੇ ਕਿਵੇਂ ਰਹਿ ਗਏ ਸਰਦਾਰ ਗੁੱਦੜ ਸਿੰਘ ਜੀ, ਉਹ ਗੱਲ ਸਾਨੂੰ ਦੱਸੋ, ਉੱਥੇ ਕਿਉਂ ਰਹਿ ਗਏ ਜੀ? ਉਹ ਕਾਰਨ ਇਹ ਜੀ, ਉਹਨਾਂ ਦਾ ਜਿਹੜਾ ਜ਼ਿਆਦਾ ਮੋਹ ਮੁਹੱਬਤ ਸੀ ਨਾ ਜੀ, ਹਾਂਜੀ, ਮੁਸਲਮਾਨ ਭਾਈਚਾਰੇ ਨਾਲ ਸੀ। ਅੱਛਾ। ਉਹ ਛੋਟੇ ਹੁੰਦਿਆਂ ਹੀ ਡੇਰੇ 'ਤੇ ਉੱਥੇ ਸੇਵਾ ਕਰਦੇ ਸੀ ਨਾਗਿਆਂ ਵਾਲੇ ਚੱਕ ਜੀ। ਹਾਂਜੀ। ਉਹਨਾਂ ਦਾ ਉੱਥੇ ਜਿੰਨੇ ਵੀ ਕੋਈ ਬਾਹਰੋਂ ਦੂਰੋਂ ਨੇੜਿਓਂ ਮੁਸਲਮਾਨ ਭਾਈਚਾਰੇ ਦੇ ਲੋਕ ਆਉਂਦੇ ਸੀ, ਅਤੇ ਉਹ ਉਹਨਾਂ ਨਾਲ ਉਹਨਾਂ ਦਾ ਮੋਹ ਮੁਹੱਬਤ ਸੀ, ਅਤੇ ਉਹਨਾਂ ਦੇ ਨਾਤੇ ਉਹ ਕਹਿੰਦਾ ਵੀ ਮੇਰੇ ਤਾਂ ਯਾਰ ਵੀ ਹੈ ਅਤੇ ਮੇਰਾ ਪਿਆਰ ਵੀ ਹੈ ਅਤੇ ਮੇਰਾ ਸਤਿਕਾਰ ਵੀ ਹੈ, ਅਤੇ ਸਾਰਾ ਕੁਛ ਉਹਨਾਂ ਨੂੰ ਹੀ ਉਹਨੇ ਬਣਾ ਕੇ, ਅਤੇ ਫਿਰ ਉੱਥੇ ਉਹ ਰਹਿ ਗਿਆ ਸੀ। ਉਦੋਂ ਬਾਅਦ ਸਾਡੇ ਬਜ਼ੁਰਗ ਨੇ 2-3 ਵਾਰੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕਿਆ, ਕਿਉਂਕਿ ਉਦੋਂ ਚਿੱਠੀਆਂ ਰਾਹੀਂ ਹੁੰਦਾ ਸੀ, ਪਤਾ ਨਹੀਂ ਚਿੱਠੀਆਂ ਮਿਲੀਆਂ ਜਾਂ ਨਹੀਂ ਮਿਲੀਆਂ, ਉਹਦੇ ਬਾਰੇ ਨਹੀਂ ਅਸੀਂ ਕੁਛ ਕਹਿ ਸਕਦੇ। ਅਤੇ ਉਹ ਸਮਾਂ ਜਿਹੜਾ ਬਹੁਤ ਗਮਗੀਨ ਸੀ, ਅਤੇ ਬਜ਼ੁਰਗਾਂ ਦਾ ਉੱਥੇ ਰਹਿ ਜਾਣ ਕਰਕੇ ਬਾਹਲਾ ਹੀ ਉਹਨਾਂ ਦੀਆਂ ਅੱਜ ਵੀ ਉਹ ਸ਼ਾਇਦ ਉਹਨਾਂ ਦੀ ਕੋਈ ਫਲਵਾੜੀ ਬੈਠੀ ਹੋਏਗੀ,